ਕੈਪਟਨ ਅਮਰਿੰਦਰ ਸਿੰਘ ਮੁੱਖ ਮੰਤਰੀ ਪੰਜਾਬ ਜਿੱਥੇ ਅੱਜ ਡੈਮੋਕ੍ਰੇਸੀ 'ਚ ਮੁੱਖ ਮੰਤਰੀ ਆ ਉੱਥੇ ਇੱਕ ਬਹੁਤ ਸਾਡੇ ਸਾਰਿਆਂ ਨਾਲੋਂ ਮੁੱਖ ਪਰਿਵਾਰ ਦੇ ਪੰਜਾਬ ਦਾ ਮੁੱਖ ਪਰਿਵਾਰ ਹੈ ਜਿਨ੍ਹਾਂ ਨੇ ਸਲੀਕੇ ਨਾਲ ਅਸੂਲਾਂ ਨਾਲ ਰਾਜਨੀਤੀ ਕੀਤੀ ਆ ਔਰ ਪੰਜਾਬ ਦੀ ਜਦੋਂ ਵੀ ਕੋਈ ਇਸ਼ੂ ਆਇਆ ਉਦੋਂ ਕੈਪਟਨ ਅਮਰਿੰਦਰ ਸਿੰਘ ਖੜ੍ਹੇ ਹੋਏ ਆ ਇਹੋ ਜਿਹੇ ਇਨਸਾਨ ਇਹੋ ਜਿਹੇ ਸ਼ਖਸੀਅਤ ਲਈ ਕੋਈ ਬੰਦਾ ਮਾੜੀ ਸ਼ਬਦਾਵਲੀ ਦੀ ਵਰਤੇ ਤਾਂ ਮੈਂ ਨਿੰਦਾ ਵੀ ਕਰਦਾ ਔਰ ਇਹ ਹੋਣਾ ਨਹੀਂ ਚਾਹੀਦਾ ਸੀ ਦੇਖੋ ਮੈਂ ਕਿਸੇ ਦੇ ਉੱਤੇ ਕੋਈ ਟਿੱਪਣੀ ਨਹੀਂ ਕਰਨਾ ਚਾਹੁੰਦਾ ਰਾਣਾ ਗੁਰਜੀਤ ਸਿੰਘ ਲੋਕਾਂ ਦਾ ਚੁਣਿਆ ਨੁਮਾਇੰਦਾ ਕਾਂਗਰਸ ਪਾਰਟੀ ਨੇ ਵਜ਼ੀਰ ਬਣਾ ਦਿੱਤਾ ਤਾਂ ਇਹ ਨਹੀਂ ਕਿ ਅਸੀਂ ਜੋ ਮਰਜ਼ੀ ਬੋਲ ਦਈਏ ਚਾਹੇ ਉਹ ਕੋਰਟ ਹੋਵੇ ਚਾਹੇ ਕੋਈ ਹੋਰ ਹੋਵੇ ਮੇਰਾ ਫਰਜ਼ ਨਹੀਂ ਬਣਦਾ ਟਿੱਪਣੀ ਕਰਨ ਦਾ ਇਹ ਸਮੇਂ ਦੱਸੇਗਾ ਆਖਰੀ ਸਵਾਲ ਹੈ ਬੜੀ ਇੰਪੋਰਟੈਂਟ ਅਨਾਊਂਸਮੈਂਟ ਤੁਸੀਂ ਕੀਤੀ ਹੈ ਸੈਸ਼ਨ ਦੇ ਵਿੱਚ ਪਰਾਲੀ ਤੋਂ ਬਿਜਲੀ ਬਣਾਉਣੀ ਕਿਸ ਤਰ੍ਹਾਂ ਪ੍ਰੋਜੈਕਟ ਅਗਲੇ ਦੇਖੋ ਗੱਲ ਇਹ ਆ ਕਿ ਵੀ ਪਰਾਲੀ ਤੋਂ ਬਿਜਲੀ ਬਣਾਉਣਾ ਇੱਕ ਚੀਜ਼ ਆ ਔਰ ਪਰਾਲੀ ਨੂੰ ਉਹ ਆਲਰੇਡੀ 62 ਮੈਗਾਵਾਟ ਅਸੀਂ ਬਣਾ ਰਹੇ ਹਾਂ ਔਰ ਪਰਾਲੀ ਨੂੰ ਕਿਵੇਂ ਮਤਲਬ ਖੇਤੀ ਦੇ ਵਿੱਚ ਹੀ ਉਹਨੂੰ ਜਜ਼ਬ ਕੀਤਾ ਜਾਵੇ ਚਾਹੇ ਮਕੈਨੀਕਲੀ ਅਸੀਂ ਇਹੋ ਜਿਹੇ ਇਕਿਉਪਮੈਂਟ ਬਣਾਈਏ ਇੰਪਲੀਮੈਂਟ ਬਣਾਈਏ ਜਿਨ੍ਹਾਂ ਨਾਲ ਰਾਹਤ ਕਿਸਾਨ ਨੂੰ ਮਿਲ ਸਕੇ ਇੱਕ ਤਾਂ ਇਸ਼ੂ ਇਹ ਆ ਔਰ ਜਿੱਥੇ ਤਾਈਂ ਪਰਾਲੀ ਤੋਂ ਜਦੋਂ ਅਸੀਂ ਬਿਜਲੀ ਬਣਾਉਣ ਦੀ ਗੱਲ ਕਰਦੇ ਹਾਂ ਤਾਂ 8 ਰੁਪਈਏ ਤੋਂ ਉੱਪਰ ਪੈਂਦੀ ਹੈ ਅਤੇ ਮੈਂ ਨਹੀਂ ਸਮਝਦਾ ਕਿ ਵੀ ਅੱਜ ਪੰਜਾਬ 8 ਰੁਪਈਏ ਵਾਲੀ ਬਿਜਲੀ ਅਫੋਰਡ ਕਰ ਸਕਦਾ ਖਰੀਦਣੀ ਬਿਜਲੀ ਬੋਰਡ ਆਪਣੇ ਸਰਕਾਰ ਦੇ ਉੱਤੇ ਬਹੁਤ ਵੱਡਾ ਬੋਝ ਆ ਬੜੇ ਸਾਡੇ ਖਜ਼ਾਨੇ ਦੇ ਜਿਹੜੇ ਹਾਲਾਤ ਨੇ ਉਹ ਸਾਰਿਆਂ ਨੂੰ ਪਤਾ ਔਰ ਉਹਦੇ ਉੱਪਰ ਦੀ ਅਸੀਂ ਲੋਸਿਸ ਹੋਰ ਇਨਕਰ ਕਰਾਈਏ ਮਹਿੰਗੀ ਬਿਜਲੀ ਖਰੀਦ ਕੇ ਸਸਤੀ ਬਿਜਲੀ ਦੇਈਏ ਇਹ ਨਹੀਂ ਹੋ ਸਕਦਾ ਸੋ ਅਸੀਂ 150 ਮੈਗਾਵਾਟ ਗ੍ਰੀਨ ਐਨਰਜੀ ਜਿਹਨੂੰ ਕਹਿੰਦੇ ਆ ਨਾ ਜੀ ਵਿੰਡ ਪਾਵਰ 25 ਸਾਲ ਲਈ 2 ਰੁਪਈਏ 52 ਪੈਸੇ 'ਤੇ 25 ਸਾਲ ਲਈ ਬਿਜਲੀ ਖਰੀਦੀ ਆ ਹਾਂ ਜਿਹੜਾ ਸਾਡੀ ਪਰਾਲੀ ਦੀ ਪ੍ਰੋਬਲਮ ਆ ਜਿਹਦੀ ਵਜ੍ਹਾ ਨਾਲ ਪ੍ਰਦੂਸ਼ਣ ਹੁੰਦਾ ਚਾਹੇ ਉਹ ਦਿੱਲੀ 'ਚ ਹੋਵੇ ਚਾਹੇ ਉਹ ਪੰਜਾਬ ਦੇ ਲੋਕਾਂ ਦੇ ਸਿਹਤ 'ਤੇ ਉਹਦੇ ਅਸਰ ਹੋਵੇ ਉਹਨੂੰ ਕਿਵੇਂ ਕਨਵਰਟ ਕਰਨਾ ਉਹਨੂੰ ਕਿਵੇਂ ਬਗੈਰ ਸਾੜਿਓ ਉਹਦਾ ਹੱਲ ਲੱਭਣਾ ਉਹਦੇ ਬਾਰੇ ਔਨ ਦੀ ਫਲੋਰ ਆਫ ਦੀ ਹਾਊਸ ਕੈਪਟਨ ਅਮਰਿੰਦਰ ਸਿੰਘ ਜੀ ਨੇ ਖੜ੍ਹੇ ਹੋ ਕੇ ਕਿਹਾ ਕਿ ਇੱਕ ਸਾਊਥ ਇੰਡੀਆ ਦੀ ਕੰਪਨੀ ਆਈ ਹੈ ਸਾਡੇ ਕੋਲ ਜਿਨ੍ਹਾਂ ਨੇ ਕਿਹਾ ਕਿ ਵੀ ਅਸੀਂ ਬਹੁਤ ਸਾਰੇ ਪਲਾਂਟ ਇਹਦੇ ਲਾਵਾਂਗੇ 1 ਸਾਲ ਦੇ ਅੰਦਰ ਅੰਦਰ ਅਤੇ ਬਿਜਲੀ ਦੀ ਆ ਜਿਹੜੀ ਪਰਾਲੀ ਦੀ ਸਾਡੀ ਸਮੱਸਿਆ ਉਹ ਹੱਲ ਹੋਏ ਪੰਜਾਬ ਰਾਜ ਬਿਜਲੀ ਬੋਰਡ ਵੱਲੋਂ ਸਰਕਾਰ ਵੱਲੋਂ ਇਹ ਘੋਸ਼ਣਾ ਕੀਤੀ ਗਈ ਕਿ 5 ਰੁਪਏ ਯੂਨਿਟ ਇੰਡਸਟਰੀ ਨੂੰ ਦਿੱਤਾ ਜਾਊਗਾ ਜਿਹੜਾ ਕਿ ਹੁਣ 9 ਰੁਪਏ ਵਾਲੇ ਟੈਰਿਫ ਚੱਲ ਰਿਹਾ ਇਹ ਕਦੋਂ ਤੱਕ ਇਫੈਕਟਿਵ ਹੋਏਗਾ ਸਰ ਇਹ ਬਹੁਤ ਜਲਦੀ ਕਰਨ ਜਾ ਰਹੇ ਹਾਂ ਅਸੀਂ ਤਾਂ ਕਰ ਦਿੱਤਾ ਸੀਗਾ ਬਟ ਉਹਦੇ ਵਿੱਚ ਕੁਛ ਊਨ ਤਾਈਆਂ ਰਹਿ ਗਈਆਂ ਇੰਡਸਟਰੀ ਵੀ ਕੁਛ ਇੰਡਸਟਰੀ ਜਿਹੜੇ ਕੋ ਜਨਰੇਸ਼ਨ ਵਾਲੇ ਆ ਉਹ ਉਹਨਾਂ ਨੂੰ ਉਹਨਾਂ ਦੇ ਹੱਕ ਨਹੀਂ ਮਿਲ ਪਾਏ ਜਾਂ ਉਹਨਾਂ ਦੀ ਗੱਲ ਦੀ ਇਹ ਉਹਨੂੰ ਸੂਟ ਨਹੀਂ ਕਰਦਾ ਸੀ।